ਦੇ ਵਿਆਹ ਦੇ ਵਿੱਚ ਅਕਸਰ ਜੀਜਿਆਂ ਦੀ ਟੌਰ ਹੁੰਦੀ ਹੈ ਪਰ ਇੱਥੇ ਕੁਝ ਵੱਖਰਾ ਹੀ ਹੋਇਆ ਹੈ ਜਿੱਥੇ ਸਾਲੇ ਦੀ ਬਰਾਤ ਦੇ ਵਿੱਚ ਗਏ ਦੋ ਜੀਜਿਆਂ ਦੀ ਕੁੱਟਮਾਰ ਕਰ ਦਿੱਤੀ ਹੈ ਖਬਰ ਅਬੋਹਰ ਤੋਂ ਹੈ ਜਿੱਥੇ ਬਰਾਤ ਦੇ ਵਿੱਚ ਗਏ ਸੀ ਦੋ ਵਿਅਕਤੀ ਜੋ ਰਿਸ਼ਤੇ ਦੇ ਵਿੱਚ ਉਸ ਨੌਜਵਾਨ ਦੇ ਜੀਜੇ ਲੱਗਦੇ ਸੀ ਤਾਂ ਇਸ ਦੌਰਾਨ ਜਦੋਂ ਉਹ ਆਪਣੀ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਸੀ ਤਾਂ ਕੁਝ ਮੁਹੱਲੇ ਦੇ ਲੋਕ ਆਏ ਤੇ ਉਹਨਾਂ ਕੋਲ ਉਹਨੂੰ ਸ਼ਰਾਬ ਮੰਗਣ ਲੱਗੇ ਜਿਸ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮੁਹੱਲੇ ਦੇ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਤੋਂ ਬਾਅਦ ਹਸਪਤਾਲ ਜਾ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਵਿਆਹ ਵਾਲਾ ਘਰ ਸੀ ਬਰਾਤ ਆਈ ਹੋਈ ਸੀਗੀ ਤਾਂ ਇਸ ਦੌਰਾਨ ਦੋ ਵਿਅਕਤੀ ਜਿਹੜੇ ਰਿਸ਼ਤੇ ਦੇ ਵਿੱਚ ਜੀਜੇ ਲੱਗਦੇ ਸੀ ਉਹਨਾਂ ਦੀ ਕੁੱਟਮਾਰ ਹੋਈ ਹੈ ਅਤੇ ਅਬੋਹਰ ਦੀ ਈਦਗਾਹ ਬਸਤੀ ਦਾ ਇਹ ਮਾਮਲਾ ਹੈ ਜਿੱਥੇ ਬਰਾਤ 'ਚ ਆਏ ਸੀ ਮੁਹੱਲੇ ਦੇ ਕੁਝ ਨੌਜਵਾਨਾਂ ਨਾਲ ਉਹਨਾਂ ਦੀ ਤਕਰਾਰ ਹੋ ਗਈ ਅਤੇ ਉਹਨਾਂ ਨੇ ਉਹਨਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਉਹਨਾਂ ਦੇ ਮੁਤਾਬਕ ਉਹ ਆਪਣੇ ਸਾਲੇ ਗੋਲੂ ਦੀ ਵਿਆਹ ਦੇ ਵਿੱਚ ਆਏ ਹੋਏ ਸੀਗੇ ਰਾਤ ਵੇਲੇ ਜਦੋਂ ਆਪਣੇ ਗੱਡੀ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਇਸ ਦੌਰਾਨ ਮੁਹੱਲੇ ਦੇ ਕੁਝ ਨੌਜਵਾਨ ਆਏ ਅਤੇ ਸ਼ੀਸ਼ਾ ਖਿਲਾ ਕੇ ਉਹਨਾਂ ਤੋਂ ਦਾਰੂ ਦੀ ਮੰਗ ਕੀਤੀ ਜਿਸ ਤੋਂ ਉਹਨਾਂ ਨੇ ਮਨ੍ਹਾ ਕਰ ਦਿੱਤਾ ਤਾਂ ਪਹਿਲਾਂ ਤਾਂ ਨੌਜਵਾਨਾਂ ਨੇ ਇੱਟਾਂ ਨਾਲ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਫਿਰ ਉਹਨਾਂ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਆ ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਪੀੜਤ ਪਰਿਵਾਰ ਕੀ ਕਹਿ ਰਿਹਾ ਹੈ ਅਤੇ ਪੀੜਤ ਵਿਅਕਤੀ ਕੀ ਕਹਿ ਰਹੇ ਨੇ ਤੁਹਾਨੂੰ ਕਰ ਦਿੱਤੀ ਹੈ ਸਾਲੇ ਦੇ ਵਿਆਹ ਦੇ ਵਿੱਚ ਅਕਸਰ ਜੀਜਿਆਂ ਦੀ ਟੌਰ ਹੁੰਦੀ ਹੈ ਪਰ ਇੱਥੇ ਕੁਝ ਵੱਖਰਾ ਹੀ ਹੋਇਆ ਹੈ ਜਿੱਥੇ ਸਾਲੇ ਦੀ ਬਰਾਤ ਦੇ ਵਿੱਚ ਗਏ ਦੋ ਜੀਜਿਆਂ ਦੀ ਕੁੱਟਮਾਰ ਕਰ ਦਿੱਤੀ ਹੈ ਖਬਰ ਅਬੋਹਰ ਤੋਂ ਹੈ ਜਿੱਥੇ ਬਰਾਤ ਦੇ ਵਿੱਚ ਗਏ ਸੀ ਦੋ ਵਿਅਕਤੀ ਜੋ ਰਿਸ਼ਤੇ ਦੇ ਵਿੱਚ ਉਸ ਨੌਜਵਾਨ ਦੇ ਜੀਜੇ ਲੱਗਦੇ ਸੀ ਤਾਂ ਇਸ ਦੌਰਾਨ ਜਦੋਂ ਉਹ ਆਪਣੀ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਸੀ ਤਾਂ ਕੁਝ ਮੁਹੱਲੇ ਦੇ ਲੋਕ ਆਏ ਅਤੇ ਉਹਨਾਂ ਕੋਲ ਉਹਨੂੰ ਸ਼ਰਾਬ ਮੰਗਣ ਲੱਗੇ ਜਿਸ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮੁਹੱਲੇ ਦੇ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਤੋਂ ਬਾਅਦ ਹਸਪਤਾਲ ਜਾ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਵਿਆਹ ਵਾਲਾ ਘਰ ਸੀ ਬਰਾਤ ਆਈ ਹੋਈ ਸੀਗੀ ਤਾਂ ਇਸ ਦੌਰਾਨ ਦੋ ਵਿਅਕਤੀ ਜਿਹੜੇ ਰਿਸ਼ਤੇ ਦੇ ਵਿੱਚ ਜੀਜੇ ਲੱਗਦੇ ਸੀ ਉਹਨਾਂ ਦੀ ਕੁੱਟਮਾਰ ਹੋਈ ਹੈ ਅਤੇ ਅਬੋਹਰ ਦੀ ਈਦਗਾਹ ਬਸਤੀ ਦਾ ਇਹ ਮਾਮਲਾ ਹੈ ਜਿੱਥੇ ਬਰਾਤ 'ਚ ਆਏ ਸੀ ਮੁਹੱਲੇ ਦੇ ਕੁਝ ਨੌਜਵਾਨਾਂ ਨਾਲ ਉਹਨਾਂ ਦੀ ਤਕਰਾਰ ਹੋ ਗਈ ਅਤੇ ਉਹਨਾਂ ਨੇ ਉਹਨਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਉਹਨਾਂ ਦੇ ਮੁਤਾਬਕ ਉਹ ਆਪਣੇ ਸਾਲੇ ਗੋਲੂ ਦੀ ਵਿਆਹ ਦੇ ਵਿੱਚ ਆਏ ਹੋਏ ਸੀਗੇ ਰਾਤ ਵੇਲੇ ਜਦੋਂ ਆਪਣੇ ਗੱਡੀ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਇਸ ਦੌਰਾਨ ਮੁਹੱਲੇ ਦੇ ਕੁਝ ਨੌਜਵਾਨ ਆਏ ਅਤੇ ਸ਼ੀਸ਼ਾ ਖਿਲਾ ਕੇ ਉਹਨਾਂ ਤੋਂ ਦਾਰੂ ਦੀ ਮੰਗ ਕੀਤੀ ਜਿਸ ਤੋਂ ਉਹਨਾਂ ਨੇ ਮਨ੍ਹਾ ਕਰ ਦਿੱਤਾ ਤਾਂ ਪਹਿਲਾਂ ਤਾਂ ਨੌਜਵਾਨਾਂ ਨੇ ਇੱਟਾਂ ਨਾਲ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਫਿਰ ਉਹਨਾਂ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਆ ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਗਾੜੀ ਕਿਉਂ ਲਗਾਏ ਯਹਾਂ ਪਰ ਮਤਲਬ ਪਤਾ ਨਹੀਂ ਕਿਉਂ ਕਰਨੇ ਲਗੇ ਤੋ ਮੈਂ ਤੋ ਹੱਥ ਜੋੜ ਰਹਾ ਹਾਂ ਕਿ ਭਈਆ ਹਮ ਪਰਦੇਸੀ ਹੈ ਹਮ ਐਸੇ ਕਿਉਂ ਕਰ ਰਹੇ ਹੋ ਮਾਰਾ ਕੀ ਆਇਆ ਆਪੇ ਸੀ ਤੋ ਹਮਾਰੇ ਤੋ ਤਲਵਾਰ ਦੇ ਇੱਕ ਪਰਚੂਨ ਜਿਸ ਜਗ੍ਹਾ ਪਰ ਹਮਾਰਾ ਹਮ ਰੁਕੇ ਹੋਏ ਥੇ ਉਨਕੇ ਬਰਾਬਰ ਮੇਂ ਪਰਚੂਨ ਦੀ ਦੁਕਾਨ ਹੈ ਉਹ ਵੀ ਸਰਦਾਰ ਜੀ ਓਲੀ ਬੋਲੀ ਮੰਨਦੇ ਉਹ ਜਾਣਦੇ ਹੈ ਠੀਕ ਹੈ ਤੋ ਮਤਲਬ ਜੈਸੇ ਬਾਹਰ ਨਿਕਲ ਕੇ ਆਏ ਥੇ ਤੋ ਹਮ ਉਨਕੋ ਮਾਰੇ ਤੋ ਮੈਨੇ ਹੱਥ ਜੋੜ ਕੇ ਬਤਾਇਆ ਇਸਕੋ ਮਤ ਮਾਰੋ ਕਿਉਂ ਮਾਰੇ ਉਸੇ उन्होंने डायरेक्टली मेरे मतलब वो इतना नशे में तो उसे खुद ही नहीं पता था कि हम कितना नशे में उसने ये दम यूँ ही मार दिया कौन है तू कौन है सा? मतलब वो मैं तो हाथ ही जोड़ता रहा वो आप अबोहर में किस काम के लिए आए थे मैं शादी में आया था सर मेरे साले की शादी है तो मैं शादी में ही आया था और मैं बारात यहाँ से मतलब चढ़ाने के बाद मैं लेने गया था भैया को मतलब कुछ सामान रह गया था ज़रूरी का तो मैं उस सामान को लेने गया था ज़रूरत पड़ रही थी वहाँ तो मुझे नहीं पता था कि ये सब कुछ मेरे साथ गाड़ी का शीशा फोड़ दिया था तो हमें पता भरी थी गाड़ी का शीशा फोड़ दिया गाड़ी का तो हम दो तीन जने थे हम गए थे तो आपसे ही में बात कर रहे थे अब जो एफल लड़का था हमारे साथ में वो गाड़ी लेके आया वो तो थोड़ी गाली गुप्ता दे रहा था क्या किसने बोला कहते इतनी गाली गुप्ता दी उसने और सो 10-12 बंदे आए थे आके उन्होंने वापसी क्या लुकाई थी है हाँ जी साढ़े कोल एक MLA रही है जी कोई अच्छे लाल हैगे है उन्होंने इतने कोई आपके रिश्तेदारी जी आए हुए थी ईदगाह बस्ती उन्होंने कोई लड़ाई हुई है उन्होंने सट्टा बजिया ने वो जो इतने जेर
इलाज ने उत्थे असी जिहड़ा आपदा आईओ भेजांगे जी ते एम एल आर मुताबक ते जो उन्हां दे बयानां मुताबक जो भी पुलिस कार्रवाई होगी वो अमल में लिया जाऊगी जी। बरात च लड़ाई हुई है, की कारण है, किनियां कु सट्टां ने इहनां दे जी? दो पेशेंट आए अपने कोल, एक अच्छे लाल ते एक ब्रजेश, इधर अवस्थी लड़ाई हुई है ते दोवां दे सिर दीआं गेरीआं चट्टां सट्टां हैगीआं ते आपां उन्हां नूं रैफर करता है फरीदकोट।